ਇਹਦਾ ਮੈਂ ਤਾਂ ਹੋਰ ਐਂ ਕੋਈ ਠੀਕ ਹੈਗਾ, ਮਿਰਚਾਂ ਨਹੀਂ ਹੋਣੀਆਂ ਇਹਦੇ 'ਚ, ਇਹਦੀ ਸ਼ਕਲ ਹੀ ਦੱਸ ਰਹੀ ਮੈਨੂੰ ਬੜਾ ਪਿਆਰਾ ਲੱਗੇਗਾ। ਮੈਂ ਤਾਂ ਸਮਝਿਆ ਹੋਰ ਦਾ ਮਤਲਬ ਕਿ ਸ਼ਾਇਦ ਮਿਰਚਾਂ ਨਾ ਹੋਣ, ਚਿਕਨ ਫਲੇਵਰ ਹੈ। ਚਲ ਸਾਹਿਬ, ਅੱਜ ਅਸੀਂ ਤੁਹਾਨੂੰ ਸਪਾਈਸੀ ਨੂਡਲਸ ਖਿਲਾ ਰਹੇ ਹਾਂ। ਸਪਾਈਸੀ ਯਾਨੀ ਕਿ ਮਿਰਚਾਂ ਦੇ, ਮਿਰਚ ਜਿਹੜੀ ਹੁੰਦੀ ਨਾ ਵੈਸੇ ਸਿਹਤ ਲਈ ਚੰਗੀ ਵੀ ਹੁੰਦੀ ਹੈ ਅਤੇ ਮੰਦੀ ਵੀ ਹੁੰਦੀ ਹੈ। ਮੈਂ ਕੋਸ਼ਿਸ਼ ਕਰਾਂ ਕਿ ਖਾਧੇ ਜਾਣ। ਨਾਰਮਲ ਨੇ ਕਿ ਹਾਈ ਲੈਵਲ 'ਤੇ ਨੇ? ਓਹੋ, ਇਹ ਸੋਟੀਆਂ ਨਾਲ ਖਾਣ ਵਾਲੇ ਨੇ ਜੀ, ਕਿਆ ਬਾਤ ਹੈ ਜੀ, ਵਾਹ ਜੀ ਵਾਹ। ਸਾਡੇ ਉਦੋਂ ਯਾਰ ਇਹਨਾਂ ਖਾਧੀ ਬੜੇ ਔਖੇ ਜਾਂਦੇ ਨੇ, ਇਹ ਤਾਂ ਡਰੈਂਗ ਬਣਾਉਣ ਵਾਲੀਆਂ ਪੈਨਸਲਾਂ ਹੀ ਲੱਗਦੀਆਂ ਜੀ। ਚਲੋ ਅਸੀਂ ਵੀ ਹੁਣ ਟਰਾਈ ਕਰ ਲੈਂਦੇ ਹਾਂ, ਖਾ ਕੇ ਵੇਖਦਾ ਮੈਂ ਕੀ ਬਣਦਾ। ਇਹ ਤੇ ਮਿਰਚਾਂ ਦੀ ਖੁਸ਼ਬੂ ਨੇ ਘਮੇਰ ਮਿੰਟ ਦੇ ਦਿੱਤੀ ਜੇ। ਸਾਡੇ ਪਿੰਡਾਂ 'ਚੋਂ ਬੁੱਢੀਆਂ ਮਾਈਆਂ ਕੋਲ ਸਵੈਟਰ ਬੁਣਨ ਵਾਲੀ ਇਹੋ ਜਿਹੀਆਂ ਸਿਲਾਈਆਂ ਹੁੰਦੀਆਂ ਸੀ। ਵਧੀਆ ਵੀ ਮਤ ਚਾਹਤੀ ਇਸ ਏਰੀਏ ਦਾ। ਉਬਲੇ ਹੋਏ ਵੀ ਨੇ ਵਿੱਚ ਨਾਲ ਪਿਆਜ਼ ਪਿਊਜ਼ ਵੀ ਪਾਏ, ਧਨੀਆ ਵੀ ਪਾਇਆ, ਮਿਰਚਾਂ ਦੀਆਂ ਬੜੇ ਠੋਕੇ ਪਾਈਆਂ ਨੇ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਐਡੀ ਤੇਜ਼ ਮਿਰਚ, ਓਏ ਹੋਏ ਹੋਏ ਹੋਏ। ਤੁਹਾਡਾ ਭਲਾ ਐਸੀਆਂ ਚੀਜ਼ਾਂ ਖਾ ਲੈਂਦੇ ਨੇ ਲੋਕ? ਕੋਈ ਲੋਕ ਇੰਨੀ ਸਪੈਸੀ ਮਿਰਚ ਖਾਂਦੇ ਨੇ? ਵੈਸੇ ਵੱਡੀਆਂ ਤੋਂ ਸੁਣਦੇ ਕਿ ਮਿਰਚਾਂ ਦੇ ਖੂਨ ਸਾਫ਼ ਕਰਦੀਆਂ ਨੇ, ਇਹ ਸਾਡੀ ਅੱਖਾਂ ਲਾਲ ਕਰ ਛੱਡੀਆਂ ਨੇ। ਉਹਨਾਂ ਬੋਲਣਾ ਵੀ ਚਾਹੇ, ਗੱਲ ਕਰਨਾ ਚਾਹੁੰਦੇ, ਗੱਲ ਵੀ ਨਹੀਂ ਹੋ ਸਕਦੀ। ਸਾਡੇ ਵੀ ਮਿਰਚਾਂ ਖਾਂਦੇ ਕਿ ਇੰਨੀਆਂ ਸਪੈਸੀ ਨਹੀਂ ਖਾਂਦੇ, ਹਲਕੀਆਂ ਫੁਲਕੀਆਂ ਖਾਂਦੇ ਨੇ ਜ਼ਿਆਦਾ। ਸਾਡੇ ਹਰੀਆਂ ਮਿਰਚਾਂ ਕੁੱਟ ਕੇ ਚਟਨੀ ਵਗੈਰਾ ਜਾਂ ਹਾਂਡੀ ਵਗੈਰਾ ਪਾਉਂਦੇ ਨੇ। ਹਾਲਾਤ ਤੋਂ ਬਿਲਕੁਲ ਤੰਗ ਆਏ ਹੋਵੋ, ਬਹੁਤ ਜ਼ਿਆਦਾ ਪਰੇਸ਼ਾਨ ਹੋਵੋ, ਕਿਤੇ ਇੱਧਰ ਉੱਧਰ ਤੁਹਾਡੀ ਨਾ ਚੱਲਦੀ ਹੋਵੇ ਤਾਂ ਫਿਰ ਤੁਸੀਂ ਇਹ ਨੂਡਲ ਖਾ ਕੇ ਤੇ ਸਕੂਨ ਕਰੋ। ਮੇਰਾ ਮਸਲਾ ਹੈ ਕਿ ਨਾ ਖਾਇਆ ਕਰੋ, ਫਿਰ ਤੁਹਾਡੇ ਮੈਦੇ ਨੂੰ ਤਕਲੀਫ ਦੇਗਾ। ਅੱਛਾ, ਅਸੀਂ ਕਿਸੇ ਨੂੰ ਕਹੀਏ ਨਾ ਕਿ ਅਸੀਂ ਮਿਰਚਾਂ ਦੀਆਂ ਸੇਵੀਆਂ ਖਾਧੀਆਂ, ਜਾਂ ਉਹ ਹੱਸਣਾ, ਉਹਨਾਂ ਕਹਿਣਾ ਕਿ ਮਿਰਚਾਂ ਦੀਆਂ ਸੇਵੀਆਂ, ਕਿਉਂਕਿ ਸਾਡੇ ਸੇਵੀਆਂ ਸੀ ਤਾਂ ਨਿਊਡਲ ਦਾ ਸਾਨੂੰ ਇੱਥੇ ਪਤਾ ਲੱਗੇ ਕਿ ਨਿਊਡਲ ਵੀ ਕੋਈ ਚੀਜ਼ ਹੈਗੀ ਹੈ। ਯਕੀਨ ਕਰੋ, ਇੱਕ ਵਾਰੀ ਤਾਂ ਜਿਹੜਾ ਵੀ ਇਹਨੇ ਗਲਾ ਵੀ ਬੰਦ ਕਰ ਦਿੱਤਾ ਜੀ। Ah.
ਤਾਂ ਅਸੀਂ ਸੇਵੀਆਂ ਸ਼ੱਕਰ ਵਾਲੀਆਂ ਸਮਝਦੇ ਰਹੇ ਕਿ ਬਈ ਸ਼ੱਕਰ ਵਾਲੀਆਂ ਸੇਵੀਆਂ ਨੇ ਬਸ ਠੀਕ ਹੈ। ਕਿਆ ਬਾਤ, ਬੜੇ ਤਿਲ ਛਿਲ ਪਏ ਨੇ ਇਹਦੇ ਉੱਤੇ, ਯਾਨੀ ਕਿ ਗਰਮ, ਬਹੁਤ ਜ਼ਿਆਦਾ ਐਕਸਟਰਾ ਗਰਮ ਕੁੱਕੜ, ਓਏ ਹੋਏ ਹੋਏ, ਐਕਸਟਰਾ ਹੋਰ ਚਿਕਨ, ਯਾਨੀ ਕਿ ਗੋਸ਼ਤ ਦੀਆਂ ਨੇ, ਇਹ ਬੜਾ ਕੰਮ ਖਰਾਬ ਹੈ ਇਹਦਾ। ਮੈਂ ਤਾਂ ਹੋਰ ਇਹ ਕੁਛ ਠੀਕ ਹੈਗਾ, ਮਿਰਚਾਂ ਨਹੀਂ ਹੋਣੀਆਂ ਇਹਦੇ 'ਚ, ਇਹਦੀ ਸ਼ਕਲ ਹੀ ਦੱਸ ਰਹੀ ਮੈਨੂੰ ਬੜਾ ਪਿਆਰਾ ਲੱਗੇਗਾ। ਅੱਛਾ ਜੀ, ਮੁੜ ਕੇ ਖਾਣਾ ਖਾ ਕੇ ਮੇਰਾ ਖਿਆਲ ਹੈ ਸੋਟੀਆਂ ਜਿਹੜੀਆਂ ਨੇ ਨਾ, ਇਹ ਦੰਦਾਂ 'ਚ ਫੇਰਨ ਦੇ ਕੰਮ ਆਉਂਦੀਆਂ ਹੋਣਗੀਆਂ, ਕਿਉਂਕਿ ਜਿਹੜਾ ਕੋਈ ਜ਼ਰਾ ਅੜ ਜਾਂਦਾ ਹੋਏਗਾ ਨਾ ਦੰਦਾਂ 'ਚ, ਉਹਨੂੰ ਫਿਰ ਬੰਦਾ ਸੋਟੀ ਮਾਰ ਕੇ ਅਤੇ ਕੱਢ ਲੈਂਦਾ ਥੱਲੇ ਨਾ। ਅੱਛਾ ਜੀ, ਵੇਟਾ ਮਾਰੋ, ਲਵੇਟਾ ਮਾਰੋ। ਯਾਰ ਚਿਕਨ ਦਾ ਜਿਹੜਾ ਸ਼ੋਅ ਹੈ ਤਾਂ ਪਾਇਆ ਗਿਆ, ਲੱਗਦਾ ਘਿਓ ਜਿਹਨੂੰ ਤੜਕਾ ਵੀ ਲਾਇਆ ਗਿਆ, ਕਿ ਮਿਰਚਾਂ ਠੀਕ ਪਾਈਆਂ ਨੇ। ਜ਼ੈਕੇ ਵੱਲੋਂ ਬਾ ਕਮਾਲ ਹੈਗੀ ਜੇ ਚੀਜ਼, ਪਰ ਮਿਰਚਾਂ ਵੱਲੋਂ ਜਿਹੜਾ ਨਾ ਅਖੀਰ ਹੀ ਜੇ। ਇਹੋ ਜੇ ਸਾਡੇ ਨਾ ਕਿਸੇ ਦਾਵਤ ਦਿੱਤੀ ਹੈ ਤਾਂ ਉਹਨਾਂ ਨੇ ਉਂਝ ਨਹੀਂ ਖਾਣਾ ਨਾ ਖਾਣਾ, ਇਹ ਕੀ ਮਿਰਚਾਂ ਨੇ ਖਵਾ ਦਿੱਤੇ ਜੇ। ਜੇ ਤੁਹਾਨੂੰ ਜ਼ਿਆਦਾ ਮਿਰਚ ਲੱਗਦੀ ਹੋਵੇ ਨਾ, ਤੁਸੀਂ ਦੁੱਧ ਇਸਤੇਮਾਲ ਕਰ ਸਕਦੇ ਹੋ, ਲੱਸੀ ਇਸਤੇਮਾਲ ਕਰ ਸਕਦੇ ਹੋ, ਦਹੀਂ ਇਸਤੇਮਾਲ ਕਰ ਸਕਦੇ ਹੋ, ਤਾਂ ਉਸ ਤੋਂ ਵੀ ਤੇਜ਼ ਕੰਮ ਹੈਗਾ। ਉਹਨਾਂ ਨੇ ਇਹ ਨਹੀਂ ਕਹਿਣਾ ਕਿ ਡਿਸ਼ ਬਣੀ ਹੋਈ, ਉਹਨਾਂ ਨੇ ਕਹਿਣਾ ਇਹ ਸਾਡਾ ਜਾਤੀ ਕੀਤੀ ਸੀ, ਲੜ ਪੈਣ ਸਾਡਾ ਕਿਸ ਤਾਂ ਸਮਝਿਆ। ਹੋਰ ਦਾ ਮਤਲਬ ਸ਼ਾਇਦ ਮਿਰਚਾਂ ਨਾ ਹੋਣ, ਚਿਕਨ ਫਲੇਵਰ ਆ। ਜਿੰਨੀ ਜ਼ਿਆਦਾ ਠੰਡ ਲੱਗੀ ਉਹਨੂੰ ਇਹੋ ਜਿਹਾ ਮਿਰਚਾਂ ਨਾਲ ਖਵਾ ਦਿਓ ਗਰਮ, ਉਹਦੇ ਕੰਨਾਂ 'ਚ ਵੀ ਧੂੰਆਂ 'ਚ, ਅੱਖਾਂ 'ਚ ਵੀ ਧੂੰਆਂ ਨਿਕਲਣਾ ਸ਼ੁਰੂ ਹੋ ਗਏ, ਕੰਨਾਂ 'ਚ ਵੀ। ਇਹੋ ਜਿਹੀ ਨੇ ਵੱਡਾ ਚਮਚ ਲਾ ਲਿਆ। ਇਹੋ ਜਿਹੀਆਂ ਚੀਜ਼ਾਂ ਫਾਇਦੇਮੰਦ ਵੀ ਬਹੁਤ ਹੁੰਦੀਆਂ ਨੇ, ਕਿਉਂਕਿ ਤੁਹਾਡੇ ਦੌਰਾਨੇ ਖੂਨ ਨੂੰ ਤੇਜ਼ ਕਰਨਗੀਆਂ। ਜਿਹੜੇ ਬਜ਼ੁਰਗ ਬੰਦੇ ਹੁੰਦੇ ਨੇ ਨਾ, ਉਹਨਾਂ ਨੂੰ ਕਦੀ ਕਦੀ ਇਹੋ ਜਿਹੀ ਤੇਜ਼ ਮਿਰਚ ਖਾਣੀ ਚਾਹੀਦੀ ਹੈ। ਉਹ ਜਦੋਂ ਖਾ ਲੈਣਗੇ ਨਾ ਤਾਂ ਖੂਨ ਦੀ ਗਰਦਿਸ਼ ਤੇਜ਼ ਹੋਏਗੀ ਅਤੇ ਉਹ ਫਿੱਟ ਹੋ ਜਾਣਗੇ। ਇਹਨੇ ਤਾਂ ਕੰਮ ਹੀ ਪਾ ਤੇ, ਤਬਾਹੀ ਲਾਤੀ ਇਹਨੇ, ਅਗਲੇ ਮਿਰਚਾਂ ਤੋਂ ਘੱਟ ਤਾਂ ਨਹੀਂ, ਤਾਂ ਉਸ ਤੋਂ ਵੱਧ ਕੇ ਆਈ ਹੈ। ਵਾਹ ਜੀ ਵਾਹ, ਇਹ ਯਾਨੀ ਕਿ ਮਿਰਚਾਂ ਦਾ ਤੋੜ ਹੈਗਾ। ਮੈਂ ਕਦੇ ਸਾਲਾਂ 'ਚ ਨਹੀਂ ਇਹ ਮਿਰਚਾਂ ਨਹੀਂ ਖਾਧੀਆਂ ਨੇ ਜਿੰਨੇ ਦੋ ਚਮਚ ਅੰਦਰ ਚਲੇ ਗਿਆ ਮੇਰੇ ਮਿਰਚਾਂ। ਐਂ ਮੈਂ ਵੇਖਿਆ ਕਿ ਤੁਸੀਂ ਵੱਧ ਤੋਂ ਵੱਧ ਸਟੈਪ ਬਾਏ ਸਟੈਪ ਨੇ, ਮੈਨੂੰ ਖਾ ਕੇ ਵੇਖੀ ਇਹਦਾ ਕੀ ਹਾਲਾਤ ਨੇ। ਅੱਛਾ ਜੀ, ਇਹ ਵੀ ਕੋਰੀਆ ਦਾ ਜੀ, ਅੱਛਾ
ਇਹ ਹਲਕਾ ਜਿਹਾ ਖਟੈਸ ਵੀ ਮਾਰਦਾ ਜੀ। ਓਏ ਹੋਏ 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 ਹੋਏ, ਇਹ ਤਾਂ ਉਹਦੇ ਵਿੱਚ ਕਿਉਂ ਤੇਜ਼ ਨੇ। ਯਕੀਨ ਕਰੋ ਕਿ ਘਰ 'ਚ ਅਗਰ ਤੁਸੀਂ ਇਹ ਚੀਜ਼ ਟਰਾਈ ਕਰਨੀ ਹੈ ਨਾ, ਤੇ ਖਾ ਕੇ ਕਿਤੇ ਜੰਗਲਾਂ ਨੂੰ ਹੀ ਨਿਕਲ ਜਾਣਾ, ਕਿਉਂਕਿ ਘਰ ਰਹੋਗੇ ਤੇ ਤੁਹਾਡੀ ਘਰ ਲੜਾਈ ਹੋ ਪਏਗੀ। ਖਤਮ ਹੋ ਗਿਆ ਭਾਈ, ਜਾ ਕੇ ਐਂਡ ਹੋ ਗਏ ਐਂਡ ਜ਼ੈਕਾ, ਇਹਦਾ ਨਾਂ ਰੱਖਣਾ ਸੀ ਐਂਡ ਜ਼ੈਕਾ। ਹੁਣ ਕਿਉਂਕਿ ਇੰਨੀ ਹਿੰਮਤ ਨਹੀਂ ਰਹਿ ਗਈ ਖਾਣ ਦੀ, ਕਿਉਂਕਿ ਇੰਨੀਆਂ ਮਰਚਾਂ ਅੰਦਰ ਜਾ ਕੇ ਭੱਠੀ ਸਮਝ ਆ ਕੇ ਨਹੀਂ ਲੱਗ ਗਈ, ਅੱਗ ਲੱਗ ਗਈ ਜਾ ਕੇ ਅੰਦਰ। ਕਿ ਬੜੀ ਮੁੱਦਤ ਹੋ ਗਈ ਸੀ ਕਦੀ ਮਿਰਚਾਂ ਨਾਲ ਵਾਸਤਾ ਨਹੀਂ ਸੀ ਪਿਆ, ਤੇ ਅੱਜ ਵਾਸਤਾ ਪਿਆ ਹੀ ਪਿਆ ਹੈ। ਤੇ ਯਕੀਨ ਕਰੋ ਇਹ ਰੱਸਾ ਹੀ ਬਦਲਣ ਤੇ ਦਿਲ ਕਰਦਾ ਪਿਆ, ਮਿਰਚਾਂ ਕੋਲੋਂ ਬਚ ਕੇ ਨਿਕਲਣ ਤੇ ਦਿਲ ਕਰਦਾ। ਹਾਂ ਜੇ ਤੂੰ ਸ਼ੁਗਰ ਮੇਲਾ ਲਾਉਣਾ ਉਹਨੂੰ ਇਹੋ ਜਿਹੀ ਚੀਜ਼ ਲੈ ਯਾਰ, ਸੇਵੀਆਂ ਤੋਂ ਰਾਤ ਦੇ ਖਵਾ ਦੂ। ਮੈਂ ਨੱਸਦਾ ਭੱਜਦਾ ਫਿਰ, ਉਹ ਕੀ ਮਿਰਚਾਂ ਨਾਲ ਸੇਵੀਆਂ ਖਵਾ ਦਿੱਤੀਆਂ ਜੇ ਯਾਰ ਤੁਸੀਂ, ਫਿਰ ਦੇ ਦਿਓ ਮੈਨੂੰ ਚੰਮਚ ਭਾਈ, ਬੜੀ ਮਿਹਰਬਾਨੀ। ਆਇਆ ਆਇਆ ਵਧੀਆ ਹੈਗੀ ਸ਼ੱਕਰ, ਆਹਾ ਹਾ ਮਜ਼ਾ ਹੀ ਆ ਜਾਏਗਾ। ਨਹੀਂ ਤੇ ਅਸੀਂ ਤੇ ਪਿੰਡਾਂ ਥਾਵਾਂ ਹੀ ਚਾਹ ਉਗਾਉਂਦੇ ਹਾਂ, ਮਿਰਚਾਂ ਤੋੜੀ ਦੀਆਂ ਵੀ ਨੇ, ਉਹਨਾਂ ਨੂੰ ਫਿਰ ਸੁਕਾ ਕੇ ਪਿਸਾਈ ਦਾ, ਬਾਜ਼ਾਰ 'ਚ ਵੇਚੀ ਦਾ ਵੀ ਹੈ। ਅਤੇ ਕਦੀ ਇੰਨੀ ਮਿਰਚ ਵੈਸੇ ਖਾਣ ਦੀ ਹਿੰਮਤ ਤਾਂ ਨਹੀਂ ਸੀ ਪਈ। ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਟ੍ਰਿਲੀ ਦੇ ਬਟਨ ਨੂੰ ਢੀਨ ਕਰਕੇ ਦਬਾਓ, ਅਤੇ ਫਿਰ ਲਿਆਓ ਸਪਾਈਸੀ ਨੂਡਲ ਅਤੇ ਖਾਓ, ਅਤੇ ਫਿਰ ਮੈਨੂੰ ਦੱਸਣਾ ਤੁਹਾਨੂੰ ਕਿਹੋ ਜਿਹਾ ਲੱਗਿਆ। ਠੀਕ ਹੋ ਗਿਆ ਜੀ, ਅੱਲਾ ਦੇ ਹਵਾਲੇ।